ਅੱਜ 12 ਸਤੰਬਰ 2024 PCMS ਐਸੋਸੀਏਸ਼ਨ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਹੈ ਉਹ ਸੈਕਿੰਡ ਫੇਜ਼ ਵਿੱਚ ਪਹੁੰਚ ਚੁੱਕੀ ਹੈ ਤੇ ਅੱਜ ਦਾ ਦਿਨ OPD ਸੇਵਾਵਾਂ ਜਿਹੜੀਆਂ ਹੈਗੀਆਂ ਉਹ ਪੂਰਨ ਤੌਰ ਤੇ ਬੰਦ ਰਹਿਣਗੀਆਂ। ਐਮਰਜੈਂਸੀ ਸੇਵਾਵਾਂ ਪੇਸ਼ੈਂਟਸ ਦੀ ਸਹੂਲਤ ਲਈ ਚੱਲਦੀਆਂ ਰਹਿਣਗੀਆਂ। ਅੱਜ ਦੀ ਡਾਕਟਰਾਂ ਦੀ ਸਰਕਾਰ ਦੇ ਨਾਲ ਜਿਹੜੀ ਵਾਰਤਾ ਹੋਈ ਹੈ ਕੀ ਉਹਦੇ ਵਿੱਚ ਹਲੇ ਤੱਕ ਪਹੁੰਚੀ ਗੱਲ? ਕੱਲ ਡਾਕਟਰਸ PCMS ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਤੇ ਹੋਰ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਆ ਉਹਨਾਂ ਦੀ ਕੱਲ ਸਰਕਾਰ ਵੱਲੋਂ ਗਠਿਤ ਕੀਤੀ ਗਈ ਸਬ ਕਮੇਟੀ ਦੇ ਨਾਲ ਮੀਟਿੰਗ ਹੋਈ ਸੀ ਤੇ ਮੀਟਿੰਗ ਦੀ ਜਿਹੜੀ ਸਾਰੇ ਫੈਸਲੇ ਜਿਹੜੇ ਹੈਗੇ ਆ ਸਰਕਾਰ ਨੇ ਮੰਨ ਲਏ ਆ, ਡਿਮਾਂਡਸ ਮੰਨ ਲਈਆਂ ਨੇ, ਬਟ ਹਜੇ ਤੱਕ ਕੋਈ ਵੀ ਰਿਟਨ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਤੇ ਜਦ ਤੱਕ ਐਸੋਸੀਏਸ਼ਨ ਨੂੰ ਬਲੈਕ ਐਂਡ ਵਾਈਟ ਵਿੱਚ ਕੁਝ ਨਹੀਂ ਮਿਲਦਾ ਤਦ ਤੱਕ ਹੜਤਾਲ ਜਿਹੜੀ ਹੈ ਅਸੀਂ ਜਾਰੀ ਰੱਖਾਂਗੇ। ਇਹ ਅੱਜ ਦੇ ਦਿਨ ਹੀ ਹੜਤਾਲ ਆ ਜਾਏ ਕੋਈ ਦਿਨ ਮਿੱਥੇ ਗਏ? ਹੜਤਾਲ ਜਿਹੜੀ ਹੈਗੀ ਹੈ ਸੈਕਿੰਡ ਫੇਜ਼ ਵਿੱਚ ਅੱਜ ਤੋਂ ਸ਼ੁਰੂ ਹੋ ਗਈ ਹੈ, ਬਾਕੀ ਕੱਲ ਦਾ ਜੋ ਵੀ ਪਲਾਨ ਹੈਗਾ ਉਹ ਅੱਜ ਸ਼ਾਮ ਨੂੰ ਅਨਾਉਂਸ ਕੀਤਾ ਜਾਏਗਾ। ਕਿ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਲ ਉਹਨਾਂ ਨੇ ਵੀ ਇੱਕ ਕਮੇਟੀ ਗਠਿਤ ਕੀਤੀ ਹੈਗੀ ਹੈ ਵੀ ਤੁਹਾਨੂੰ ਉਸ ਵੀ ਭਰੋਸਾ ਦਿੱਤਾ, ਉਹ ਕੀ ਪੂਰਾ ਮਾਮਲਾ? ਜੀ DC ਸਾਹਿਬ ਵੱਲੋਂ ਸੈਕਸ਼ੂਅਲ ਹਰਾਸਮੈਂਟ ਕਮੇਟੀ ਜਿਹੜੀ ਹੈਗੀ ਹੈ ਉਹ ਬਣਾਈ ਗਈ ਹੈ ਜਿਹਦੇ ਵਿੱਚ ਫੀਮੇਲ ਡਾਕਟਰਸ ਨੂੰ ਵੀ ਲਿਆ ਗਿਆ ਹੈ ਤੇ ਅਸੀਂ ਪੂਰੇ ਸਾਨੂੰ ਪੂਰੀ ਆਸ਼ਾ ਹੈ ਕਿ ਕਮੇਟੀ ਜਿਹੜੀ ਹੈਗੀ ਹੈ ਆਪਣਾ ਕੰਮ ਜਿਹੜਾ ਉਹ ਠੀਕ ਤਰੀਕੇ ਨਾਲ ਨਿਭਾਏਗੀ। ਬਾਕੀ ਜਿਹੜੀ ਸਿਕਿਉਰਿਟੀ ਹੈਗੀ ਹੈ ਉਹ ਮਸਟ ਹੈ, ਸਿਕਿਉਰਿਟੀ ਦੇ ਬਿਨਾਂ ਕਿਸੇ ਵੀ ਕਮੇਟੀ ਦਾ ਕੋਈ ਫਾਇਦਾ ਨਹੀਂ ਹੈ। ਤਾਂ ਜਿੱਦਾਂ ਤੁਸੀਂ ਕਿਹਾ ਕਿ ਜਿਹੜੀ ਸਰਕਾਰ ਦੇ ਨਾਲ ਗੱਲਬਾਤ ਹੋ ਗਈ ਹੈ, ਮੰਗਾਂ ਮੰਨ ਲਈਆਂ ਗਈਆਂ, ਲਿਖਤੀ ਤੌਰ ਤੇ ਤੁਹਾਨੂੰ ਚਾਹੀਦਾ ਸਾਰੀਆਂ ਮੰਗਾਂ ਤੇ ਸਹਿਮਤੀ ਬਣੀ ਹੈ? ਮੰਤਰੀ ਜੀ ਵੱਲੋਂ ਸਾਰੀਆਂ ਮੰਗਾਂ ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ 1900 ਪੋਸਟਾਂ ਮੈਡੀਕਲ ਅਫਸਰ ਦੀਆਂ ਜਿਹੜੀਆਂ ਕੱਢੀਆਂ ਜਾਣਗੀਆਂ, ACP ਜਿਹੜੀ ਬਹਾਲ ਕੀਤੀ ਜਾਏਗੀ, ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏਗੀ, ਬਟ ਅਸੀਂ ਬਸ ਰਿਟਨ ਨੋਟੀਫਿਕੇਸ਼ਨ ਦੀ ਵੇਟ ਕਰ ਰਹੇ ਹਾਂ। ਮਰੀਜ਼ਾਂ ਨੂੰ ਕੀ ਤੁਹਾਡਾ ਮੈਸੇਜ ਹੈਗਾ? ਮਰੀਜ਼ਾਂ ਨੂੰ ਸਾਡਾ ਇਹੀ ਮੈਸੇਜ ਹੈ ਕਿ ਡਾਕਟਰਾਂ ਦੀ ਆਪਣੀ ਬੈਨੀਫਿਟ ਲਈ ਤੇ ਮਰੀਜ਼ਾਂ ਦੇ ਬੈਨੀਫਿਟ ਲਈ ਹੀ ਅਸੀਂ ਇਹ ਸਟ੍ਰਾਈਕ ਕੀਤੀ ਹੈ ਤੇ ਸਾਡੇ ਨਾਲ ਪੂਰਾ ਯੋਗਦਾਨ ਦੇਣ ਤੇ ਬਾਕੀ ਐਮਰਜੈਂਸੀ ਵਿੱਚ ਜੋ ਵੀ ਮਰੀਜ਼ ਆਉਂਦਾ ਹੈ, ਕਿਸੇ ਨੂੰ ਐਮਰਜੈਂਸੀ ਕੋਈ ਵੀ ਪ੍ਰੋਬਲਮ ਹੈਗੀ ਅਸੀਂ ਉਹਨੂੰ ਕਦੇ ਵੀ ਨਾ ਨਹੀਂ ਕਰਦੇ, ਅਸੀਂ ਮਰੀਜ਼ਾਂ ਦੇ ਨਾਲ ਹਾਂ ਹਮੇਸ਼ਾ।